हेलो जी, माय नेम इज रणवीर सिंह एंड शी इज दिलप्रीत कौर। सो गाइस, आज दी वीडियो बड़ी इंटरेस्टिंग होने वाली है। आपां एक तुहानू पता याद है ना मौला जट, हां जी, द लीजेंड ऑफ मौला जट। आपां एक ट्रेलर देखा सी जेड़ा कि ऑसम सी। ਜਿਹੜਾ ਆਪਾਂ ਪਹਿਲਾ ਪਾਰਟ ਆਪਾਂ ਹੁਣ ਵੇਖਣ ਲੱਗੇ ਆ। ਯੈਸ, ਪਹਿਲੀ ਫਿਲਮ ਜਿਹੜੀ ਆਈ ਸੀ ਪੁਰਾਣੀ ਮੌਲਾ ਜੱਟ, ਜਿਹੜੀ ਕਿ ਬੜੀ ਹੀ ਜ਼ਿਆਦਾ ਹਿੱਟ ਹੋਈ ਸੀ, ਤੇ ਉਹ ਹੁਣ ਇਹ ਰਿਕੁਐਸਟ ਆਈਆਂ ਸਭ ਦੀਆਂ ਵੀ ਹਾਂ, ਹੁਣ ਪਹਿਲੀ ਸੈਕਿੰਡ ਦੀ ਕੀਤਾ ਹੀ ਹੈ, ਤੁਸੀਂ ਫਸਟ ਤੇ ਵੀ ਕਰੋ। ਯੈਸ, ਸੋ ਅੱਜ ਆਪਾਂ ਇੱਕ ਛੋਟਾ ਜਿਹਾ ਕਲਿੱਪ ਦੇਖਾਂਗੇ, ਬਿਕੋਜ਼ ਪਹਿਲਾਂ ਕੋਈ ਟ੍ਰੇਲਰ ਨਹੀਂ ਬਣਦੇ ਸੀ ਪੰਜਾਬੀ ਫਿਲਮਾਂ ਦੇ, ਠੀਕ ਹੈ। ਸੋ ਇਸ ਲਈ ਇੱਕ ਕਲਿੱਪ ਦੇਖਾਂਗੇ ਜਿਹੜਾ ਕਿ ਬੜਾ ਫੇਮਸ ਹੋਇਆ, ਬੜਾ ਇੱਕ ਵਾਇਰਲ ਹੋਇਆ। ਬਟ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਪਹਿਲਾਂ ਮੌਲਾ ਜੱਟ ਫਿਲਮ ਆਈ ਸੀ ਨਾ, ਇਹ ਡਾਇਰੈਕਟ ਕੀਤੀ ਸੀ ਯੂਨਸ ਮਲਿਕ ਨੇ ਐਂਡ ਰਿਟਨ ਬਾਏ ਨਾਸਰ ਅਦੀਬ। ਐਂਡ ਇਹਦੇ ਵਿੱਚ ਜਿਹੜੇ ਸਟਾਰ ਸੀ ਨਾ, ਉਹ ਇੰਨੇ ਘੈਂਟ ਆਰਟਿਸਟ ਸੀ ਨਾ, ਸੀਰੀਅਸਲੀ ਮੈਂ ਉਹਨਾਂ ਨੂੰ ਪਹਿਲਾਂ ਤੋਂ ਵੀ ਮਤਲਬ ਸਾਨੂੰ ਪਤਾ ਹੈ, ਜਾਣਦੇ ਹਾਂ ਅਸੀਂ ਉਹਨਾਂ ਨੂੰ। ਐਂਡ ਲਾਈਕ ਸੁਲਤਾਨ ਰਾਹੀ, ਮੁਸਤਫਾ ਕੁਰੈਸ਼ੀ ਹੈ ਨਾ, ਰੰਗੀਲਾ, ਸ਼ਕੀਲ, ਇਹ ਮਤਲਬ ਇੰਨੇ ਜ਼ਬਰਦਸਤ ਆਰਟਿਸਟ ਹੋਏ ਨੇ ਨਾ ਇਹ ਪਾਕਿਸਤਾਨੀ ਇੰਡਸਟਰੀ ਦੇ, ਵੀ ਕਹਿ ਲਓ ਲੀਜੈਂਡ ਹੈ ਯਾਰ। ਸੀਰੀਅਸਲੀ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ। ਐਂਡ ਇੱਧਰ ਦੇ ਜਿਹੜੇ ਯੋਗਰਾਜ ਸਿੰਘ, ਜੋ ਕਿ ਯੁਵਰਾਜ ਜੋ ਕ੍ਰਿਕਟਰ ਨੇ ਹੈ ਨਾ ਇੰਡੀਅਨ ਟੀਮ ਦੇ, ਉਹਨਾਂ ਦੇ ਫਾਦਰ ਸਾਹਿਬ ਹੈ ਯੋਗਰਾਜ ਸਿੰਘ। ਐਂਡ ਉਹ ਵੀ ਪੰਜਾਬੀ ਫਿਲਮਾਂ ਦੇ ਇੱਕ ਲੀਜੈਂਡ ਆਰਟਿਸਟ ਨੇ, ਹੀਰੋ ਨੇ ਐਕਚੁਅਲੀ, ਵਿਲਨ ਵੀ ਹੈ, ਵਿਲਨ ਵੀ ਬਹੁਤ ਉਹਨਾਂ ਨੇ ਪਹਿਲਾਂ ਫਿਲਮਾਂ ਕੀਤੀਆਂ ਨਾ ਕੀਤੀਆਂ। ਹਾਂਜੀ, ਸੋ ਅੱਜ ਇੱਕ ਕਲਿੱਪ ਦੇਖਾਂਗੇ ਮੌਲਾ ਜੱਟ ਫਿਲਮ ਦੀ। ਇਹ ਜਿਹੜੀ ਪਹਿਲੀ ਫਿਲਮ ਆਈ ਸੀ, ਇਹ 1979 ਵਿੱਚ ਆਈ ਸੀ, ਲਾਈਕ ਐਕਚੁਅਲੀ 1979। ਇੰਨੀ ਦੂਰ? ਯਾ, ਇੰਨੀ ਦੂਰ ਪੁਰਾਣੀ, ਮਤਲਬ ਦੂਰ ਨਹੀਂ, ਕਿਲੋਮੀਟਰਾਂ 'ਚ ਦੱਸ ਰਿਹਾ ਮੈਂ, ਦੂਰ। ਸੋ ਦੇਖਦੇ ਹਾਂ ਫਿਲਮ, ਅਤੇ ਉਸ ਤੋਂ ਬਾਅਦ ਐਕਚੁਅਲੀ ਇਹ ਤੁਸੀਂ ਜਿਹੜੀ ਅੱਜ ਦੀ ਵੀਡੀਓ ਨਾ, ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ, ਅਤੇ ਆਹ ਕਲਿੱਪ ਦੇਖਣ ਤੋਂ ਬਾਅਦ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਹੋਰ ਦਿਖਾਵਾਂਗੇ, ਅਤੇ ਐਂਡ ਇੱਕ ਹੋਰ ਇੰਟਰਸਟਿੰਗ ਫੈਕਟ ਹੈ ਜਿਹੜਾ ਇਸ ਫਿਲਮ ਦਾ, ਉਹ ਵੀ ਦੱਸਾਂਗੇ। ਸੋ ਇਹ ਜਿਹੜੀ ਆਈਡੀ ਕਹਿ ਰਿਹਾ ਵੀਡੀਓ ਹੈ ਨਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਸੋ ਹੇਅਰ ਵੀ ਗੋ। ਬਟ ਇਹ ਜੇਲ੍ਹ ਦਾ ਸੀਨ ਹੈ ਵੀ ਨੂਰੀ ਆ ਗਿਆ, ਨੂਰੀ ਇੱਕ ਉਹ ਬਣਾਇਆ ਇਹਨਾਂ ਨੇ। ਦਹਿਸ਼ਤ ਦੇਖੋ ਤੁਸੀਂ ਬੰਦੇ ਦੀ ਕਿੰਨੀ ਹੈ। ਇਹ ਮੇਰੇ ਖਿਆਲ ਇਹ ਮੈਂ ਐਕਚੁਅਲੀ ਪਹਿਲਾਂ ਦੀ ਦੇਖੀ ਹੋਈ ਹੈ, ਪਰ ਮੈਂ ਸੋਚਿਆ ਤੁਹਾਨੂੰ ਦਿਖਾਵਾਂ ਅਤੇ ਨਾਲ ਤੁਹਾਡੀ ਦੇਖੀ। ਐਕਟਿੰਗ ਇੰਨੀ ਜ਼ਬਰਦਸਤ ਸੀ ਨਾ ਪਹਿਲਾਂ, ਓਏ ਨੂਰੀ ਨਾ ਤਾਂ ਆ ਗਈ। ਇੱਕ ਮਿਊਜ਼ਿਕ ਉਹ ਲਾਇਆ ਇਹਨਾਂ ਨੇ ਸ਼ੋਲੇ ਫਿਲਮ ਦੇ ਉਹਦੇ ਵਾਲਾ, ਪਰ ਇਹ ਫਿਲਮ ਪੁਰਾਣੀ ਹੈ। ਕੈਦੀਆਂ ਦਾ ਹੈੱਡ ਵਿਖਾਇਆ ਵੀ, ਇੱਕ ਗੈਂਗਸਟਰ ਜਿਵੇਂ ਪੂਰਾ ਖਤਰਨਾਕ ਉਸ ਟਾਈਮ ਦਾ, ਆਹ ਜੇਲਰ ਆ ਗਿਆ ਵੀ, ਇੰਨਾ ਖੌਫ ਦਿਖਾਇਆ ਜੇਲ੍ਹ ਦੇ ਵਿੱਚ ਵੀ ਕੈਦੀਆਂ ਦਾ, ਵੀ ਨੂਰੀ ਆ ਗਿਆ। ਪੁਲਿਸ ਤੋਂ ਘੱਟ ਹੋ ਤਾਂ ਜ਼ਿਆਦਾ ਦਰਦ ਕਿਉਂ ਹੋਇਆ? ਜਦੋਂ ਵੀ ਨੂਰੀ ਲੱਭ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ, ਤੇ ਜੇਲ੍ਹ ਚ ਇਸੇ ਤਰ੍ਹਾਂ ਪਰਦਾ ਮਾਰ ਜਾਂਦੀ ਹੈ। ਆਏ ਹੈ ਮਾਮੂਲੀ ਕੈਦੀ ਦੀ ਐਨੀ ਦਸ, ਆਏ ਹੈ ਕੁਛ ਆਏ ਬੜੇ ਘੈਂਟ ਆਰਟਿਸਟ ਹੈ। ਸਿਰ ਚੁੱਕਿਆ ਸੋਹਣਿਆ, ਮੇਰੇ ਕੋਲੇ ਸਿਰ ਚੁਕਾਉਣ ਦੇ ਸਾਰੇ ਤਰੀਕੇ ਨੇ, ਮੈਂ ਵੀ ਸਿਰ ਚੁੱਕਣ ਦੇ 101 ਵੱਲ ਜਾਂਦਾ ਵਾ। ਆਏ ਹੈ ਕਤਲ ਹੋਣਾ ਚਾਹੁੰਦਾ ਵਾ, ਇਹ ਜੁੜਿਆ ਪਿੰਡਾ ਵੱਖੋ ਵੱਖ ਵੇਖਣਾ ਚਾਹੁੰਦਾ। ਓ ਤੇਰੀ ਜੇਲਾ ਸਾਹਿਬ, ਕਿਸੇ ਨੂੰ ਕਹੋ ਇਹ ਤਾਣ ਦਾ ਬਲ ਕੱਢੇ, ਆਖਿਰ ਇਹ ਧਰਤੀ ਨੱਤ ਦੇ ਲਹੂ ਦਾ ਰੰਗ ਕਦੋਂ ਦੇਖੇਗੀ? ਐਟੀਟਿਊਡ ਨਾ ਪਰ ਹਾਲੇ ਤੱਕ ਕੋਈ ਇਹੋ ਜਿਹਾ ਜਵਾਨ ਨਹੀਂ ਮਿਲਿਆ ਜਿਹਦੇ ਨਾਲ ਲੜਾਂ ਤੇ ਮੈਨੂੰ ਵੀ
हाथ चढ़े ऐसा दुश्मन लगते साहब उसी की दहशत सुन सुन के मेरा शरीर भी कम में और खौफ तो मैं भी सारी सारी रात जाना हर रोज पिंडे ते एक नवा भट खा के उठा ते भट्टा च साफ पर्दा पर्दा सोना मैंने कानून ने ठीक ही जेल रखा ही ना हर नवी जेल से मैं आप नवा जेलर साहब इसलिए सुंदर साहब के जेलों बड़े बड़े सूर में बंद ने पर जेलों मुक गई ने कोई चिदार नहीं मिलिया जेरा साड़ी खल ते निशान पाए कोठी बंद कर दे अलार्म बजा टिकटिकी ते चढ़ा कोड़े मार कुछ तू ही साड़ी खल नु नरम कर जेलर साहब कितने ही न होवे कि तेरी जेल नु नूरी नत दी रगड़ बजे ते तेरी जेल ही तप्त जा तेरी चक अन्नी तप्त जा तू इंसान बन जा और तो है सर्दी रूपे तेरे किसे दिले दुश्मन नु मेरे लिए जन्म दे देख लो यार मतलब सीरियसली यार ऑसम एक्टिंग 1980 के करीब ये फिल्म आई है मतलब उस टाइम में ये मतलब अच्छी वीडियो सी एक्टिंग जबरदस्त यार नूरी नत जो के मुस्तफा कुरैशी जी सीरियसली मैन बहुत जबरदस्त एक्टिंग है ना दी एंड डायलॉग देखो उस टाइम कितने जबरदस्त लगे कितनी दहशत बनाई ना जिवें एक बंदे दी जिवें बोली दे डायलॉग वगैरह मतलब डायलॉग ना भी इतनी मेना ज्यादा फनी लग रहा है हां एंड एक्टिंग इतनी जबरदस्त बिल्कुल नहीं लगता कि एक्टिंग कर रहे कि मैं करैक्टर दे विच जमा विच घुब के कर रहे है जेड़ा पुलिस वाला वो भी वधिया कर रहे जेड़ा पुलिस वाले बने जो नाम नहीं मैनू पता यस एंड ए सी गाइज एक मौला जट फिल्म जो कि बड़ी ह्यूज हिट हुई है ना कि सिर्फ पाकिस्तान दे विच इंडिया दे विच भी बहुत आप क्लिप तुहाडे नाल देखी हुण मैं कुछ गल्लां शेयर करना चाहूँगा आप एक होर वीडियो देखांगे एक्चुअली उस तो बाद 1992 दे विच एक होर फिल्म आई सी बट वो इस टाइम आई सी इंडिया दे पंजाब विच ठीक है योगराज सिंह गुगू गिल इन्हां दी फिल्म आई सी जिहदा नाम सी ललकारा जट्टी दा 1992 दे विच एंड ए फिल्म मौला जट तो प्रभावित हुई सी कह सकते हैं भी एक तरह की कॉपी कह सकते हैं चलो हुण ये नहीं पता सी कि पूरी फिल्म कॉपीड है या फिर एक सीन जिहड़ा हुण तुहाडे नाल देखण लगे हैं वो शायद कॉपी वो कॉपीड है एंड एक्चुअली उहदा ईच एंड एवरी डायलॉग डिटो है क्योंकि योगराज सिंह मुस्तफा कुरैशी नूं अपना गुरु मनदे ने ठीक है उन्होंने तो वह बहुत प्रभावित ने उन्हों की लाइफ तो हूँ भी योगराज सिंह के जेकर आप इंटरव्यूज़ देखिए भी वह कदम ना कदम इन्हों की गल जरूर करते हैं जिक्र करते हैं एंड उन्होंने यह रोल जिहड़ा नत्ती दा नूरी नत दा फिल्म दे विच उन्होंने दुल्ला का किरदार निभाया से दुल्ला नाम से योगराज सिंह का एंड वो एक वीडियो अज तुहाडे नाल देखांगे ते देखते हैं फिर थोड़ा डिसाइड करो कि ये ज़्यादा घेंट एक्टिंग की या उन्होंने ज़्यादा एक्टिंग घेंट की ठीक है सो विदाउट वेस्टिंग द टाइम आज मैं खुद करती ओहो भाई साहब गलती होगी भाई दोबारा फिर भी मैं बोलती थी ना अच्छा ये भी उदा ही स्टाइल सारा ओ भी मतलब की कहते होंगे इन्होंने जकड़ियां पैर जकड़े कहते नाल जंजीर नहीं की कहते होंगे इन्हू यार कुछ कहते वेरी गुड कि घेंट नॉलेज अपनी सेम डायलॉग ओमी कैमरा आए है एनी छोटी ते लाश एनी बड़ी जमी को डायलॉग है डायलॉग मेरा नाम ही पन्नू है पन्नू ओए फनी कर रहा सही है
ਪਰ ਇਹਨਾਂ ਦੀ ਐਕਟਿੰਗ ਵਿੱਚ ਨਾ ਉਹ ਰੋਬ ਜਾਂ ਜ਼ਿਆਦਾ ਕਹਿ ਲਓ ਓਵਰ ਕਹਿ ਲਓ ਜਾਂ ਫਿਰ ਜਿਵੇਂ ਪੂਰਾ ਹੀ ਜ਼ਬਰਦਸਤ ਇੱਕ ਗੁੰਡਾ ਹੁੰਦਾ ਨਾ ਬੰਦਾ ਉਵੇਂ ਲੱਗ ਰਿਹਾ ਇਹਨਾਂ ਦਾ ਹੋਵੇ ਅੱਖਾਂ ਚ ਰੋਬ ਕਿੰਨਾ ਲੱਗ ਰਿਹਾ ਵੀ ਕਿੰਨਾ ਜ਼ਬਰਦਸਤ ਬਹੁਤ ਵਧੀਆ ਕਰ ਰਿਹਾ ਹਾਂ ਵੀ ਕੱਢੇ ਮਤਲਬ ਸੇਮ ਨਾ ਫੀਲਿੰਗ ਪੂਰੀ ਘੈਂਟ ਵਿੱਚ ਸਾਹ ਚੜੇ ਸਹੀ ਹੈ ਸਹੀ ਹੈ ਸਰੀਰ ਕੰਬੇ ਸਹੀ ਹੈ ਯਾਰ ਜ਼ਬਰਦਸਤ ਹੈ ਪਰ ਡਾਇਲੋਗ ਮਤਲਬ ਸੇਮ ਹੈ ਬਟ ਆ ਵੇ ਆ ਪਾਉਣਾ ਹੁਣ ਉਹ ਸਾਰੀ ਉਹੀ ਰਿਪੀਟ ਕਰਨਗੇ ਨਾ ਬਸ ਕੋੜੇ ਮਾਰ ਓ ਮਾਈ ਗੋਡ ਗਾਈਸ ਵਧੀਆ ਸੇਮ ਹੀ ਡਾਇਲੋਗ ਹੈ ਤੇ ਸੇਮ ਸੀਰੀਅਸਲੀ ਪਰ ਇੱਕ ਗੱਲ ਮੰਨਣ ਵਾਲੀ ਹੈ ਯਾਰ ਇਹਨਾਂ ਦੀ ਵੀ ਜਿਹੜੀ ਇਹਨਾਂ ਨੇ ਐਕਟਿੰਗ ਕੀਤੀ ਹੈ ਨਾ ਉਹ ਜ਼ਬਰਦਸਤ ਕੀਤੀ ਹੈ ਕਮਾਲ ਹਾਂਜੀ ਚਾਹੇ ਥੋੜੀ ਜਿਹੀ ਇਹਨਾਂ ਨੇ ਓਵਰ ਲੱਗ ਰਹੀ ਹੈ ਬਟ ਇਹਨਾਂ ਦੀ ਐਕਚੁਅਲੀ ਯੋਗਰਾਜ ਸਿੰਘ ਇੱਕ ਇਦਾਂ ਦੇ ਆਰਟਿਸਟ ਨੇ ਇਹਨਾਂ ਦੀ ਓਵਰ ਐਕਟਿੰਗ ਹੀ ਜੱਚਦੀ ਹੈ ਸ਼ੁਰੂ ਤੋਂ ਜਿੰਨੀਆਂ ਵੀ ਆਪਾਂ ਇਹਨਾਂ ਦੀਆਂ ਪੰਜਾਬੀ ਫਿਲਮਾਂ ਦੇਖੀਆਂ ਨਾ ਸਾਰਿਆਂ ਵਿੱਚ ਇਹਨਾਂ ਨੇ ਜਿਹੜਾ ਡਾਕੂਆਂ ਦਾ ਕਿਰਦਾਰ ਨਿਭਾਇਆ ਜਾਂ ਇੱਕ ਪਿਓਰ ਵਿਲਨ ਹੁੰਦਾ ਨਾ ਜਿਵੇਂ ਵਿਲਨ ਅਤੇ ਹੀਰੋ ਵਾਲੀਆਂ ਜਿਹੜੀਆਂ ਪਹਿਲਾਂ ਪੰਜਾਬੀ ਫਿਲਮਾਂ ਹੁੰਦੀਆਂ ਸੀ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਇਹਨਾਂ ਦੀ ਹੀਰੋ ਵਿਲਨ ਦੀ ਜੋੜੀ ਇੰਨੀ ਕੁ ਸਕਸੈਸਫੁਲ ਰਹੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਅਤੇ ਉਹ ਇਹਦੇ ਵਿੱਚ ਵੀ ਉਵੇਂ ਹੀ ਹੈ ਕਿ ਇਹ ਵਿਲਨ ਦਿਖਾਏ ਗਏ ਨੇ ਇੱਥੇ ਹੈ ਨਾ ਸੋ ਕਾਫੀ ਇੰਪਰੂਵ ਮਤਲਬ ਅੱਛਾ ਲੱਗਿਆ ਯਾਰ ਮੈਨੂੰ ਤਾਂ ਦੇਖ ਕੇ ਮੈਨੂੰ ਆਪ ਅੱਛਾ ਲੱਗਿਆ ਚਲੋ ਭਾਈ ਕਾਪੀ ਸੀਗੀ ਹਾਂ ਫਿਰ ਵੀ ਅੱਛੀ ਲੱਗੀ ਮਤਲਬ ਚਲੋ ਆਈ ਹੈ ਯਾਰ ਕਾਪੀ ਕਾਪੀ ਤਾਂ ਅੱਜ ਕੱਲ੍ਹ ਵੀ ਹੁੰਦੀਆਂ ਕੋਈ ਬਾਲੀਵੁੱਡ ਫਿਲਮ ਜਿਹੜੀ ਹੁੰਦੀ ਆ ਉਹ ਹਾਲੀਵੁੱਡ ਤੋਂ ਕੰਸੈਪਟ ਲੈਂਦੇ ਆ ਹੈ ਨਾ ਟਾਲੀਵੁੱਡ ਤੋਂ ਲੈਂਦੇ ਆ ਅਤੇ ਪਾਕਿਸਤਾਨੀ ਫਿਲਮਾਂ ਤੋਂ ਵੀ ਲੈ ਲੈਂਦੇ ਆ ਜਾਂ ਸਾਰੇ ਇੱਕ ਦੂਜੇ ਨਾਲ ਇੱਦਾਂ ਹੀ ਹੁੰਦਾ ਯਾਰ ਕਿਉਂਕਿ ਉਹ ਤਾਂ ਕੋਈ ਗੱਲ ਨਹੀਂ ਹੈ ਹਾਂ ਪਰ ਆਪ ਉਸ ਚੀਜ਼ ਨੂੰ ਕਿਵੇਂ ਦਿਖਾ ਰਹੇ ਹਾਂ ਉਹ ਮੈਟਰ ਕਰਦਾ ਉਹ ਮੈਟਰ ਕਰਦਾ ਉਹਨੇ ਅੱਛੀ ਐਕਟਿੰਗ ਕਰ ਰਹੀ ਹੈ ਬਹੁਤ ਜ਼ਿਆਦਾ ਮਜ਼ਾ ਆ ਗਿਆ ਵੇਖ ਕੇ ਮੈਂ ਵੇਖੀ ਤਾਂ ਨਹੀਂ ਗੀ ਇੰਨੀ ਕੁ ਦੇਖ ਕੇ ਹੀ ਵਧੀਆ ਲੱਗਾ ਮਜ਼ਾ ਆ ਗਿਆ ਯੈਸ ਐਂਡ ਇੱਕ ਫਿਲਮ ਹੋਰ ਆਈ ਸੀ ਜੋ ਮੌਲਾ ਜੱਟ ਤੋਂ ਪ੍ਰਭਾਵਿਤ ਹੋਈ ਸੀ ਉਹ ਬਾਲੀਵੁੱਡ ਦੀ ਫਿਲਮ ਸੀ ਧਰਮਿੰਦਰ ਦੀ ਧਰਮਿੰਦਰ ਜੋ ਕਿ ਤੁਹਾਨੂੰ ਪਤਾ ਯਾਰ ਉਹ ਵੀ ਲੀਜੈਂਡਰੀ ਆਰਟਿਸਟ ਸੋ ਉਹਨਾਂ ਦੀ ਫਿਲਮ ਮੇਰੇ ਖਿਆਲ ਜੀਨੇ ਨਹੀਂ ਦੂੰਗਾ ਆਈ ਸੀ ਪਤਾ ਨਹੀਂ ਉਹ 1980 'ਚ ਆਈ ਸੀ ਜਾਂ 1992 ਵਿੱਚ ਹੀ ਆਈ ਸੀ ਸ਼ਾਇਦ 1992 ਵਿੱਚ ਹੀ ਆਈ ਸੀ ਮੇਰੇ ਖਿਆਲ ਅਤੇ ਉਹ ਫਿਲਮ ਆਈ ਸੀ ਉਹ ਵੀ ਕਹਿ ਰਹੇ ਆ ਕਿ ਕਾਪੀਡ ਸੀ ਪਰ ਮੈਨੂੰ ਪਤਾ ਨਹੀਂ ਉਸ ਫਿਲਮ ਬਾਰੇ ਬਟ ਚੀਜ਼ਾਂ ਤੁਸੀਂ ਕਮੈਂਟਸ ਦੇ ਵਿੱਚ ਵੀ ਦੱਸਿਆ ਅਤੇ ਹੋਰ ਵੀ ਥੋੜ੍ਹਾ ਬਹੁਤ ਪਤਾ ਲੱਗਾ ਕਿ ਹਾਂ ਵੀ ਉਹ ਵੀ ਕਾਪੀਡ ਸੀ ਪਰ ਮੌਲਾ ਜੱਟ ਸੀਰੀਅਸਲੀ ਵਾਕਈ ਕੈਂਟ ਸੀ ਯਾਰ ਉਹਨਾਂ ਦੇ ਜੋ ਉਹਨਾਂ ਨੇ ਇੱਕ ਚੀਜ਼ ਜਿੱਦਾਂ ਬਣਾ ਤੀ ਨਾ ਉਸ ਤੋਂ ਬਾਅਦ ਸਾਰੇ ਨੇ ਉਸਨੂੰ ਕਾਪੀ ਕਰ ਰਿਹਾ ਤਾਂ ਬਿਲਕੁਲ ਹੈ ਕਿ ਉਹਦੇ ਵਿੱਚ ਕੁਛ ਨਾ ਕੁਛ ਦਮ ਤਾਂ ਹੈ ਹਾਂਜੀ ਚਲੋ ਅੱਛੀ ਬਣ ਗਈ ਬਹੁਤ ਜ਼ਿਆਦਾ ਅੱਛੀ ਲੱਗ ਰਹੀ ਹੈ ਐਕਟਿੰਗ ਇਹਨਾਂ ਦੀ ਮਤਲਬ ਡਰ ਉੱਡ ਜਾ ਆਈਜ਼ ਕੱਢ ਕੇ ਨਾ ਇੱਦਾਂ ਜਾਂਦੇ ਪਏ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਾਫ਼ੀ ਇੱਕ ਅੱਛਾ ਮਾਹੌਲ ਇਹਨਾਂ ਨੇ ਕ੍ਰੀਏਟ ਕਰਦੇ ਸੀ ਉਸ ਟਾਈਮ ਜਦੋਂ ਸਾਰੇ ਆਣੇ ਟੀ ਵੀ ਦੇ ਅੱਗੇ ਬਹਿ ਕੇ ਅਤੇ ਫਿਲਮਾਂ ਵੇਖਦੇ ਸੀ ਹੈ ਨਾ ਵੀ ਪਿੰਡ ਵਿੱਚ ਪੂਰੇ ਮੰਨ ਲਓ ਦੋ ਤਿੰਨ ਘਰਾਂ 'ਚ ਟੀ ਵੀ ਹੁੰਦਾ ਸੀ ਅਤੇ ਉਦੋਂ ਇੱਕੋ ਘਰੇ ਇਕੱਠੇ ਹੋ ਕੇ ਲੋਕ ਕਿੱਦਾਂ ਫਿਲਮਾਂ ਵੇਖਦੇ ਸੀ ਅਤੇ ਉਹ ਥੋੜ੍ਹਾ ਜਿਹਾ ਬਸ ਇਹਨਾਂ ਨੇ ਡਾਇਲੋਗ ਜੇ ਜਿਵੇਂ ਹੁਣ ਭੱਜਦੇ ਆ ਵੇਖ ਕੇ ਸਾਰੇ ਕਹਿੰਦੇ ਤੂੰ ਹੀ ਭੱਜ ਜਾ ਕਾਫੀ ਖੌਫ ਦਿਖਾਇਆ ਮਤਲਬ ਇਹਨਾਂ ਦਾ ਤੇ ਇੰਟਰਸਟਿੰਗ ਸੀ ਯਾਰ ਸਾਨੂੰ ਤਾਂ ਦੋਨੇ ਵੀਡੀਓ ਅੱਛੀਆਂ ਲੱਗੀਆਂ ਕਿਉਂਕਿ ਯੋਗਰਾਜ ਸਿੰਘ ਦਾ ਮੈਂ ਸ਼ੁਰੂ ਤੋਂ ਫੈਨ ਹਾਂ
आवाज ही कोई गर्जवी आवाज होंगी ना उदा है यार। सो सीरीयसली ठीक है यार, बाकी वीडियो ज़्यादा लंबी ना हो जाए सो वीडियो अज इतनी खत्म करते हैं। नीचे कमेंट करके जरूर दसो कि तुहानू दोनों वीडियोज़ के विचों केड़ी वीडियो ज़्यादा वधिया लगी। हुण इत्थे पार्शियलिटी ना करियो कि जे तुसीं पाकिस्तान दे हो तां करके तुहानू सीरीयसली जिहड़ी जिहदी एक्टिंग ज़्यादा वधिया लगी वो नीचे कमेंट करके जरूर दस्यो। मतलब उदा नहीं आपां कोई वो नहीं है बट किसी नूं ऑफेंड नहीं कर रहे आपां, मतलब हैगे दोनों अपनी अपनी जगह बहुत वधिया आर्टिस्ट ने ठीक है, पर आप वैसे ही जस्ट फॉर फन। सो नीचे कमेंट करके जरूर दस्यो। तो आई एम सनवीर सिंह स्नैपचैट आईडी है, मैं इन्हों अज बोलन नहीं दिता। सो इतने आप वीडियो खत्म करते हैं। सो सानू दो इजाजत, सत श्री अकाल, चक्की रखो इदा ही काम काम।